ਸੁਹਾਗਣ ਔਰਤਾਂ ਦੇ ਤਿਉਹਾਰ ਕਰਵਾ ਚੌਥ ਨੂੰ ਲੈ ਕੇ ਵਿਆਹ ਤਾਂ ਔਰਤਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਨੂੰ ਲੈ ਕੇ ਬਾਜ਼ਾਰਾਂ ਵਿੱਚ ਕਾਫੀ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ। ਕਰਵਾ ਚੌਥ ਹਿੰਦੂ ਸਮਾਜ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਨਾਤਨ ਧਰਮ ਦੀ ਮਾਨਤਾ ਅਨੁਸਾਰ ਵਿਆਹ ਤਾਂ ਔਰਤਾਂ ਲਈ ਕਰਵਾ ਚੌਥ ਦੇ ਦਿਨ ਵਰਤ ਰੱਖਣ ਨਾਲ ਉਹਨਾਂ ਦੇ ਪਤੀ ਦੀ ਲੰਬੀ ਉਮਰ ਹੁੰਦੀ ਹੈ। ਇਸ ਦਿਨ ਵਿਆਹ ਤਾਂ ਔਰਤਾਂ ਆਪਣੇ ਪਤੀ ਦੀ ਸੁਰੱਖਿਆ ਅਤੇ ਲੰਬੀ ਉਮਰ ਦੀ ਕਾਮਨਾ ਕਰਨ ਲਈ ਵਰਤ ਰੱਖਦੀਆਂ ਹਨ। ਇਸ ਕਾਰਨ ਦੁਕਾਨਾਂ, ਕੱਪੜਿਆਂ, ਮਠਿਆਈਆਂ ਤੋਂ ਲੈ ਕੇ ਸੁਨਿਆਰਿਆਂ ਤੱਕ ਦੀਆਂ ਦੁਕਾਨਾਂ 'ਤੇ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ। ਦੁਕਾਨਾਂ 'ਤੇ ਚੂੜੀਆਂ ਅਤੇ ਗਹਿਣਿਆਂ ਦੇ ਸਮਾਨ ਦੀ ਖਰੀਦਦਾਰੀ ਜ਼ੋਰਾਂ 'ਤੇ ਹੈ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂੰ ਥਾਪਰ ਅਤੇ ਸੰਦੀਪ ਵਰਮਾ ਦੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਰਿਪੋਰਟ। ਸਜਣਾ ਹੈ ਮੁਝੇ ਸਜਣਾ ਕੇ ਲੀਏ। ਜੀ ਹਾਂ ਦੋਸਤੋ, ਕਰਵਾ ਚੌਥ ਦਾ ਪਾਵਨ ਤਿਉਹਾਰ ਜਿਹੜਾ ਆ ਉਹ ਆ ਰਿਹਾ ਆ। ਜਿਹੜੀਆਂ ਸੁਹਾਗਣਾਂ ਆਪਣੇ ਘਰ ਵਾਲੇ ਦੀ ਲੰਬੀ ਉਮਰ ਦੀ ਕਾਮਨਾ ਵਾਸਤੇ ਰੱਖਦੀਆਂ ਆ, ਤੇ ਆਓ ਸਭ ਤੋਂ ਪਹਿਲਾਂ ਦਿਖਾਉਂਦੇ ਹਾਂ ਤੁਹਾਨੂੰ ਕੀ ਸ਼ੁਰੂਆਤ ਹੁੰਦੀ। ਮਹਿੰਦੀ ਦੀ ਰਸਮ ਤੋਂ ਸ਼ੁਰੂਆਤ ਹੁੰਦੀ ਆ ਤੇ ਗੱਲਬਾਤ ਕਰਦੇ ਹਾਂ ਕੁਛ ਸੁਹਾਗਣਾਂ ਦੇ ਨਾਲ, ਕੀ ਕਹਿੰਦੀਆਂ ਨੇ ਉਹ ਕਰਵਾ ਚੌਥ ਦੇ ਇਸ ਤਿਉਹਾਰ ਦੇ ਬਾਰੇ। ਭਾਈ ਬਹਿਣ ਕੀ ਨਾਂ ਹੈ ਤੁਹਾਡਾ? ਰਾਧਿਕਾ ਸੂਰ ਜੀ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਪਹਾੜੀ ਕਟਰਾ ਜੀ। ਅੱਜ ਆਪਾਂ ਕੱਲ ਕਰਵਾ ਚੌਥ ਦਾ ਪਾਵਨ ਤਿਉਹਾਰ ਹੈਗਾ, ਜਿਹੜੀਆਂ ਸੁਹਾਗਣਾਂ ਆਪਣੇ ਘਰ ਵਾਲੇ ਦੀ ਲੰਬੀ ਉਮਰ ਰੱਖਦੀਆਂ, ਤੇ ਆਪਾਂ ਕੀ ਕਹਿਣਾ ਚਾਹੋਗੇ ਤੇ ਨਵ ਵਿਵਾਹਿਤ ਜੋੜਿਆਂ ਨੂੰ ਕੀ ਆਪਾਂ ਸੰਦੇਸ਼ ਦੇਣਾ ਚਾਹਾਂਗੇ? ਨਵ ਵਿਵਾਹਿਤ ਜੋੜਿਆਂ ਨੂੰ ਇਹ ਸੰਦੇਸ਼ ਆ ਕਿ ਸਾਨੂੰ ਇਹ ਤਿਉਹਾਰ ਬਹੁਤ ਹਰਸ਼ੋਲਾਸ ਨਾਲ ਮਨਾਉਣਾ ਚਾਹੀਦਾ ਆ। ਸਾਨੂੰ ਇਹਨੂੰ ਬਹੁਤ ਸਮਝ ਕੇ ਨਹੀਂ, ਇਹਨੂੰ ਆਪਣੇ ਇੱਕ ਕਰਤੱਵਯ ਸਮਝ ਕੇ, ਜਾਂ ਕਹਿ ਲਓ ਜੀ ਆਪਣੇ ਪਤੀ ਵਾਸਤੇ ਮਨਾਉਣਾ ਚਾਹੀਦਾ। ਤੇ ਮੇਰਾ ਇਹੀ ਮੈਸੇਜ ਆ ਕਿ ਸਾਰੇ ਤਿਉਹਾਰ, ਸਾਰਿਆਂ ਦੇ ਸੁਹਾਗ ਹਮੇਸ਼ਾ ਅਮਰ ਰਹਿਣ, ਸਾਰੇ ਆਪਣੇ ਇਸ ਕਰਵਾ ਚੌਥ ਨੂੰ ਅੱਛੀ ਤਰ੍ਹਾਂ ਮਨਾਉਣ। ਕਰਵਾ ਚੌਥ ਦਾ ਪਾਵਨ ਤਿਉਹਾਰ ਆ ਰਿਹਾ, ਇਹ ਸੁਹਾਗਣਾਂ ਦਾ ਹੁੰਦਾ। ਇਹਦੇ ਵਿੱਚ ਜਿਹੜੀਆਂ ਲੇਡੀਜ਼ ਆ ਉਹ ਆਪਣੇ ਹੱਥਾਂ ਤੇ ਮਹਿੰਦੀ ਲਗਵਾਉਂਦੀਆਂ ਤੇ ਨਾਲੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹੋਈਆਂ। ਇਹ ਜਿਹੜੀ ਪ੍ਰਥਾ ਹੈ ਬਹੁਤ ਪੁਰਾਣੀ ਪ੍ਰਚਲਿਤ ਹੈ, ਚੱਲੀ ਆ ਰਹੀ ਹੈ। ਇਸੇ ਤਰ੍ਹਾਂ ਸੁਹਾਗਣਾਂ ਦਾ ਇਹ ਤਿਉਹਾਰ ਮੰਨਿਆ ਜਾਂਦਾ ਹੈ। ਇਸ ਖੁਸ਼ੀ ਦੇ ਮੌਕੇ ਤੇ ਅਸੀਂ ਸਾਰੇ ਬੜੇ ਵਧੀਆ ਢੰਗ ਨਾਲ ਤਿਆਰ ਹੁੰਦੇ ਹਾਂ ਤੇ ਮਹਿੰਦੀਆਂ ਲਗਵਾਉਂਦੇ ਹਾਂ ਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਪ੍ਰਾਰਥਨਾ ਕਰਦੇ, ਵਰਤ ਰੱਖਦੇ ਹਾਂ ਤੇ ਉਹਨਾਂ ਲਈ ਹੀ ਸਜਦੇ ਹਾਂ। ਅਸੀਂ ਜਿਹੜੀਆਂ ਕੁਵਾਰੀਆਂ ਕੁੜੀਆਂ ਹੈਗੀਆਂ ਜਾਂ ਨਵ ਵਿਵਾਹਿਤ ਜੋੜੇ ਹੈਗੇ ਆ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਤਿਉਹਾਰ ਹੈ ਨਾ, ਜਿੰਨੀ ਸ਼ਰਧਾ ਨਾਲ ਪਿੱਛਿਓਂ ਚੱਲੇ ਆ ਰਹੇ, ਐਵੇਂ ਹੀ ਮਨਾਉਣ ਤੇ ਖੁਸ਼ੀ ਖੁਸ਼ੀ ਮਨਾਉਣ। ਇੱਕ ਉਹ ਨਾ ਸਮਝਣ ਕਿ ਬੋਝ ਆ, ਇਹਨੂੰ ਤਿਉਹਾਰ ਦੀ ਤਰ੍ਹਾਂ ਹੀ ਬਹੁਤ ਵਧੀਆ ਢੰਗ ਨਾਲ ਮਨਾਉਣ, ਇਹੀ ਅਸੀਂ ਕਹਿੰਦੇ ਹਾਂ।